ਵਿਆਹ ਹੋਏ ਨੂੰ ਸਾਡੇ ਨੂੰ ਸਾਲ ਹੋਣ ਵਾਲਾ ਤੇ ਤੁਹਾਡੇ ਸਹੁਰਾ ਪਰਿਵਾਰ ਕਿਹੜੇ ਕਿੱਤੇ ਨਾਲ ਜੁੜੇ ਹੋਏ मेरे बापू जी कुदरती खेती नूं ज़्यादा पहल दिंदे ने बिना रेह स्प्रे तो सब्जियां तैयार करके वेचण दे विच ज़्यादा खुश ने ते आपां वी उन्हां दी पूरी मदद करी दी आ। हाँ जी ते किन्ने पढ़े हो तुसीं? मैं प्लस टू कीती आ, प्लस टू तो बाद चों 3.5 साल नर्सिंग जी एन एम दा कोर्स कीता। ते इन्ने पढ़े लिखे होण दे बावजूद कदे विदेश जांदा नहीं? नहीं जी, कदे मापिया ने नहीं सोचा कि आप तेन बहर तोरना है। उन्होंने यही ख्वाहिश थी कि साड़ी इको बेटी है तो वह इधर ही रहे, बाकी चलो सहुरा परिवार इदा का मिल गया कि अपना इधर कारोबार इन्ना वधिया है कि आप अपने माँ प्यो की पूरी मदद करी दी। आप अपनी इतें ही कमाई बहुत हो जाती है। ਤੁਹਾਡੀ ਸਵੇਰ ਤੋਂ ਲੈ ਕੇ ਕਿੰਨੇ ਵਜੇ ਉੱਠਦੇ ਹੋ, ਕੀ ਦਿਨ ਚਰਿਆ ਹੁੰਦੀ ਹੈ ਸਾਰੀ? ਸਵੇਰੇ ਮੈਂ 4:30 ਵਜੇ ਉੱਠਦੀ ਹਾਂ, ਮੇਰੇ ਤੋਂ ਪਹਿਲਾਂ ਬਾਪੂ ਜੀ ਉੱਠੇ ਹੁੰਦੇ ਨੇ। ਸਭ ਤੋਂ ਪਹਿਲਾਂ ਆਪਾਂ ਸਾਗ ਵਗੈਰਾ ਸਾਰਾ ਤਿਆਰ ਕਰਦੇ ਹਾਂ, ਫਿਰ ਆਪਾਂ ਮੱਕੀ ਦੀ ਰੋਟੀ ਵਗੈਰਾ ਨਾਲ ਤਿਆਰ ਕਰਕੇ ਆਪਣੀ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਚਟਨੀ ਅਤੇ ਆਪਣੀ ਹਾਰੇ ਦੀ ਦਾਲ ਆ ਆਪਾਂ ਸੇਲ ਕਰੀਦੀ ਆ। ਜਿੱਥੇ ਕਿਤੇ ਵੀ ਆਪਣੀਆਂ ਸਬਜ਼ੀਆਂ ਜਾਂਦੀਆਂ ਉਹਨਾਂ ਦੇ ਨਾਲ ਹੀ ਆਪਣੇ ਤਿੰਨੋਂ ਚਾਰੋਂ ਚੀਜ਼ਾਂ ਨਾਲ ਜਾਂਦੀਆਂ। ਅਤੇ ਪਰਿਵਾਰ ਦੇ ਵਿੱਚ ਹੋਰ ਵੀ ਸਾਰੇ ਜੀ ਇਸੇ ਤਰ੍ਹਾਂ? ਹਾਂਜੀ, ਸਾਰੇ ਪੂਰੀ ਮਦਦ ਕਰਦੇ ਨੇ ਬਾਪੂ ਜੀ ਦੀ। ਕੀ ਸੁਨੇਹਾ ਦੇਣਾ ਚਾਹੋਗੇ? ਸੁਨੇਹਾ ਮੈਂ ਇਹੀ ਦੇਣਾ ਚਾਹੂੰਗੀ ਕਿ ਆਪਾਂ ਨੂੰ ਬੱਚਿਆਂ ਨੂੰ ਆਪਣੇ ਮਾਂ ਪਿਓ ਦੇ ਕਿੱਤੇ ਦੇ ਵਿੱਚ ਉਹਨਾਂ ਦੀ ਪੂਰੀ ਮਦਦ ਕਰਨੀ ਚਾਹੀਦੀ ਆ। ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਆਪਾਂ ਨੂੰ ਖੜ੍ਹੇ ਹੋਣਾ ਚਾਹੀਦਾ ਹੈ, ਬਸ ਇਹੀ ਕਹਿਣਾ ਚਾਹੂੰਗੀ। ਖੇਤੀ ਕੋਈ ਧੰਦਾ ਨਹੀਂ ਗਾ ਜੀ, ਖੇਤੀ ਇੱਕ ਧਰਮ ਆ, ਖੇਤੀ ਕਲਚਰ ਆ, ਖੇਤੀ ਸਾਡੀ ਹੋਂਦ ਆ, ਖੇਤੀ ਪਛਾਣ ਆ। ਸੋ ਅਸੀਂ 2011 ਦੇ ਵਿੱਚ ਇੱਕ ਸੁਸਾਇਟੀ ਬਣਾਈ ਸੀ ਅਸੀਂ, ਜਿਹਦੇ ਵਿੱਚ ਕਿਉਂਕਿ ਅਸੀਂ ਛੋਟੇ ਕਿਸਾਨ ਸੀ, ਪਹਿਲਾਂ ਸਬਜ਼ੀਆਂ ਲਾਉਂਦੇ ਸੀਗੇ ਅਤੇ ਸਾਡੀ ਉਦੋਂ ਮੰਡੀ 'ਚ ਲੁੱਟ ਹੁੰਦੀ ਸੀਗੀ, ਵੀ ਅਸੀਂ ਕਿਹਾ ਇਕੱਠੇ ਹੋ ਕੇ ਸੁਸਾਇਟੀ ਬਣਾ ਕੇ ਅਸੀਂ ਆਪਣੀ ਮਾਰਕੀਟਿੰਗ ਕਿਵੇਂ ਕਰੀਏ। ਹਾਲਾਂਕਿ ਅਸੀਂ ਉਹ ਸੁਸਾਇਟੀ ਵਿੱਚੋਂ ਕਾਮਯਾਬ ਨਹੀਂ ਹੋਏ, ਪਰ ਸਿੱਖਣ ਨੂੰ ਬਹੁਤ ਕੁਝ ਮਿਲਿਆ। ਜਦੋਂ ਬੰਦਿਆਂ 'ਚ ਬੈਠੇ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਮੌਜੂਦਾ ਖੇਤੀ ਹੈ ਇਹਦਾ ਫਿਊਚਰ ਬਿਲਕੁਲ ਨਹੀਂ ਗਾ, ਵੀ ਉਹ ਖੇਤੀ ਕਰੋ ਜਿਹੜੀ ਸਦੀਵੀ ਖੇਤੀ ਆ, ਜਿਹੜੀ ਮਤਲਬ ਆਪਣੇ ਸੋਰਸ 'ਤੇ ਡਿਪੈਂਡ ਆ, ਨਾ ਕਿ ਅਸੀਂ ਬਾਜ਼ਾਰ 'ਤੇ ਡਿਪੈਂਡ ਖੇਤੀ, ਉਹ ਇਹ ਖੇਤੀ ਸਰ ਆਪਣੇ ਸੋਰਸ 'ਤੇ ਡਿਪੈਂਡ ਆ। ਅਤੇ ਉਹਨੂੰ ਦੇਖ ਕੇ ਫਿਰ ਅਸੀਂ ਕੋਸ਼ਿਸ਼ ਕੀਤੀ ਵੀ ਅਸੀਂ ਇਹਦੇ ਵਿੱਚ ਮਤਲਬ ਅਸੀਂ ਕੁੱਦ ਪਏ ਉਦੋਂ ਵੀ ਅਸੀਂ ਇਹ ਖੇਤੀ ਕਰੀਏ ਜਿਹੜੀ ਲਾਹੇਵੰਦ ਵੀ ਆ, ਜਿਹੜੀ ਸਾਡੇ ਮਤਲਬ ਵਾਤਾਵਰਨ ਪੱਖੀ ਵੀ ਆ, ਸਿਹਤ ਪੱਖੀ ਵੀ ਆ। ਅਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਖੇਤੀ ਕਰਦੇ ਨੂੰ? ਮੈਨੂੰ ਇਹ 'ਚ ਤਕਰੀਬਨ ਤੁਸੀਂ 7 ਸਾਲ ਮੰਨ ਕੇ ਚੱਲੋ ਜੀ ਔਰਗੈਨਿਕ ਖੇਤੀ। ਸ਼ੁਰੂਆਤੀ ਦੌਰ ਕਿਹੋ ਜਿਹਾ ਰਿਹਾ ਤੁਹਾਡਾ? ਥੋੜ੍ਹਾ ਸ਼ੁਰੂਆਤੀ ਦੌਰ ਤਾਂ ਬਹੁਤਾ ਚੰਗਾ ਨਹੀਂ ਰਿਹਾ ਜੀ, ਕਿਉਂਕਿ ਇੱਕ ਤਾਂ ਉਹ ਜ਼ਮੀਨ ਦੀ ਕੰਡੀਸ਼ਨ ਚੰਗੀ ਨਹੀਂ ਸੀਗੀ ਜੀ, ਇੱਕ ਸਾਨੂੰ ਤਜਰਬਾ ਨਹੀਂ ਸੀਗਾ। ਅਤੇ ਜਿਉਂ ਜਿਉਂ ਸਮਾਂ ਪੈਂਦਾ ਗਿਆ, ਚੰਗੇ ਬੰਦੇ ਮਿਲਦੇ ਗਏ, ਜ਼ਮੀਨ ਦੀ ਕੰਡੀਸ਼ਨ ਵਧੀਆ ਬਣਦੀ ਗਈ, ਹਾਲਾਤ ਵਧੀਆ ਬਣਦੇ ਗਈ, ਫਸਲਾਂ ਦਾ ਆਦਾਨ ਪ੍ਰਦਾਨ, ਫਸਲਾਂ ਦੀ ਇੰਟਰਕ੍ਰੋਪਿੰਗ ਦਾ ਸਾਨੂੰ ਸਮਝ ਆਉਂਦੀ ਗਈ ਅਤੇ ਕਿਹੜੀ ਫਸਲ ਕਿਵੇਂ ਬੀਜਣੀ ਆ, ਕਿਹੜੀ ਕਿਵੇਂ ਬੀਜਣੀ ਆ। ਅਤੇ ਜਿਉਂ ਜਿਉਂ ਅਸੀਂ ਮਤਲਬ ਕਰਦੇ ਗਏ ਅਤੇ ਫਿਰ ਤਕਰੀਬਨ ਅਸੀਂ 18-19 ਦੇ ਵਿੱਚ ਇੱਥੇ ਚੈਂਪੀਅਨ ਸੀਗੇ ਅਸੀਂ। 18-19 'ਚ ਮੈਂ ਤੁਹਾਨੂੰ ਦੱਸ ਕੇ ਖੁਸ਼ੀ ਲੈ ਰਿਹਾ ਕਿ ਮੈਨੂੰ ਭਾਰਤ ਸਰਕਾਰ ਨੇ ਅਵਾਰਡ ਦਿੱਤਾ, ਪੰਡਿਤ ਦੀਨ ਦਿਆਲ ਅਨੰਦੋਤਿਆ ਅਵਾਰਡ, ਜਿਹੜਾ ਨਰਿੰਦਰ ਤੋਮਰ ਹੈਗੇ ਕੇਂਦਰੀ ਮੰਤਰੀ ਉਹਨਾਂ ਵੱਲੋਂ ਸੀ, ਪਰ ਔਨਲਾਈਨ ਮਿਲਿਆ ਕਰੋਨਾ ਕਰਕੇ। 19 ਦੇ ਵਿੱਚ ਮੈਨੂੰ ਭਾਰਤ ਸਰਕਾਰ ਨੇ ਅਵਾਰਡ ਦਿੱਤਾ। ਸਾਰੀਆਂ ਇਹਨਾਂ ਐਕਟੀਵਿਟੀਆਂ ਨੂੰ ਵੇਖ ਕਰਦੇ ਹਾਂ ਵੀ ਕਿ ਇਹਨਾਂ ਨੇ ਖੁਦ ਖੇਤੀ ਕਰਦੇ ਆ, ਖੁਦ ਮਾਰਕੀਟਿੰਗ ਕਰਦੇ ਆ, ਅਤੇ ਉਹ ਖੇਤੀ ਵੀ ਉਹ ਕਰਦੇ ਜਿਹੜੀ ਮਤਲਬ ਆਤਮ ਨਿਰਭਰ ਖੇਤੀ ਆ। ਜੋ ਤੁਸੀਂ ਇਹ ਖੇਤੀ ਕਰਦੇ ਹੋ ਕੁਦਰਤੀ ਇੰਸਟਰੂਮੈਂਟ ਦੇ ਨਾਲ, ਕੁਦਰਤ ਦੇ ਨਾਲ ਮੇਲ ਕਰਕੇ, ਅਤੇ ਇਹਦੀ ਜਿਹੜਾ ਪ੍ਰੋਡਕਟ ਆ ਮਾਰਕੀਟ ਦੇ ਵਿੱਚ ਕਿਸ ਹਿਸਾਬ ਨਾਲ ਅਤੇ ਕਿੰਨੇ ਤਰ੍ਹਾਂ ਦੇ ਪ੍ਰੋਡਕਟ ਆ ਜਿਹੜੇ ਤੁਸੀਂ ਪਹੁੰਚਾਉਂਦੇ ਹੋ? ਮਤਲਬ ਸਾਨੂੰ ਜਿਹੜਾ ਤੁਸੀਂ ਹਿਸਾਬ ਕਿਤਾਬ ਦੱਸਿਆ ਜੀ, ਅਸੀਂ ਕੋਸ਼ਿਸ਼ ਕਰਦੇ ਹਾਂ ਕੈਲਕੂਲੇਸ਼ਨ ਕਰਕੇ ਵੀ ਮਤਲਬ ਸਾਡਾ ਗੋਭੀ 'ਤੇ ਕਿੰਨਾ ਖਰਚ ਆਉਂਦਾ ਹੈ। ਅਸੀਂ ਇਹ ਨਹੀਂ ਵੇਖਦੇ ਬਾਜ਼ਾਰ 'ਚ ਗੋਭੀ ਕੀ ਭਾਅ ਵਿਕਦੀ, ਅਸੀਂ ਉਹ ਨਹੀਂ ਦੇਖਦੇ, ਅਸੀਂ ਦੇਖਦੇ ਸਾਨੂੰ ਕੀ ਭਾਅ ਪੈਂਦੀ ਆ, ਉਹਦੇ ਮੁਤਾਬਕ ਅਸੀਂ ਰੇਟ ਤੈਅ ਕਰਦੇ ਹਾਂ ਅਤੇ ਲੋਕ ਇਹਦੇ ਪੈਸੇ ਭਰ ਰਹੇ ਆ। ਅਤੇ ਅੱਜ ਮੇਰੇ ਖੇਤ ਦੇ ਵਿੱਚੋਂ ਸਾਡੇ 2 ਤਰ੍ਹਾਂ ਦਾ ਸਾਗ ਆ ਜੀ, ਪਾਲਕ ਆ ਜੀ, ਮੇਥੀ ਆ ਜੀ, ਬਾਥੂ ਆ ਜੀ, ਗੋਭੀ ਆ, ਬੰਦ ਗੋਭੀ ਆ, ਗੰਢ ਗੋਭੀ ਆ ਜੀ, ਫਿਰ ਮਟਰ ਆ, ਅਤੇ ਮਤਲਬ ਸਲਾਦ 5 ਤਰ੍ਹਾਂ ਦੇ ਮੇਰੇ ਖੇਤ ਦੇ ਵਿੱਚ, 3 ਤਰ੍ਹਾਂ ਦੀ ਗਾਜਰ ਆ ਮੇਰੇ ਖੇਤ ਦੇ ਵਿੱਚ, ਅਤੇ ਮਿਰਚ, ਹਰੀ ਮਿਰਚ ਆ ਜੀ, ਹਰਾ ਪਿਆਜ਼ ਆ, ਲਸਣ ਆ, ਮੂਲੀ 4 ਤਰ੍ਹਾਂ ਦੀ ਮੇਰੇ ਖੇਤ 'ਚ, 3 ਤਰ੍ਹਾਂ ਦੀ ਮੂਲੀ ਆ ਜੀ, ਅਤੇ ਇਸ ਤਰ੍ਹਾਂ ਮਿਲਾ ਕੇ ਸ਼ਲਗਮ ਆ ਜੀ, ਪਤਾ ਨਹੀਂ ਸੁਮੇਲ ਆ, ਬੀਟਰੂਟ ਆ, ਪਿਆਜ਼ ਨਹੀਂ ਹੁੰਦੇ ਨਾ ਬੀਟਰੂਟ, ਅਤੇ ਇਸ ਤਰ੍ਹਾਂ ਦੀ ਮੇਰੇ ਕੋਲ ਤੱਕ 10-12 ਤਰ੍ਹਾਂ ਚੀਜ਼ਾਂ ਅਸੀਂ ਮਾਰਕੀਟ ਕਰਨ ਜਾਂਦੇ ਹਾਂ ਜੀ।
ਉਹਦੇ ਦੋ ਤਿੰਨ ਆਈਟਮਾਂ ਪ੍ਰੋਸੈਸ ਹੁੰਦੀਆਂ, ਜਿਵੇਂ ਅਸੀਂ ਘਰ ਪ੍ਰੋਸੈਸ ਕਰਕੇ ਲੈ ਜਾਂਦੇ ਹਾਂ, ਚਟਨੀ ਹੋਈ ਜਿਵੇਂ ਅਸੀਂ ਸਾਗ ਤਿਆਰ ਕਰਕੇ ਲੈ ਜਾਂਦੇ ਹਾਂ, ਫਿਰ ਲੁਧਿਆਣੇ ਅਸੀਂ ਜਾਂਦੇ ਹਾਂ ਗੰਨੇ ਦੀਆਂ ਗਨੇਰੀਆਂ ਨੇ ਜਿਹਨੂੰ ਸ਼ੂਗਰ ਕੇਨ ਬੁਲਟ ਕਹਿੰਦੇ ਆ, ਅਸੀਂ ਉਹ ਤਿਆਰ ਕਰਕੇ ਲੈ ਜਾਂਦੇ ਹਾਂ। ਅਤੇ ਮਤਲਬ 10-15 ਤਰ੍ਹਾਂ ਚੀਜ਼ਾਂ ਅਸੀਂ ਮਾਰਕੀਟ ਕਰ ਜਾਂਦੇ ਹਾਂ। ਮਾਰਕੀਟ ਦੇ ਵਿੱਚ ਜਿੱਥੇ ਤੁਸੀਂ ਇਹ ਵੇਚਦੇ ਹੋ, ਡਾਇਰੈਕਟ ਵੇਚਦੇ ਹੋ? ਹਾਂ, ਮਾਰਕੀਟ ਸਿੱਧੇ ਸਾਡੇ ਵਟਸਐਪ ਗਰੁੱਪ ਬਣੇ ਹੋਏ ਜੀ, ਅਤੇ ਜਿਹਦੇ ਜਾਣਾ ਹੁੰਦਾ ਤਾਂ ਵਟਸਐਪ ਗਰੁੱਪ 'ਤੇ ਮੈਸੇਜ ਪਾ ਦਿੰਦੇ ਹਾਂ, ਜਿੰਨੇ ਵਜੇ ਆਹ ਸਮਾਨ ਆ ਰਿਹਾ। ਫਿਰ ਜਿਹੜੇ ਪਰਿਵਾਰ ਨੇ ਉਹ ਜੁੜੇ ਵੀ, ਉਹ ਆਪਣਾ ਮਨ ਬਣਾ ਕੇ ਆਉਂਦੇ ਆ, ਅਤੇ ਉਹ ਦੇਖਦੇ ਨਹੀਂ, ਫਿਰ ਉਹ ਝੋਲੇ ਭਰ ਕੇ ਅਤੇ ਬਾਅਦ 'ਚ ਦੱਸਦੇ ਆ ਵੀ ਆਹ ਇੰਨਾ ਹੈਗਾ, ਆਹ ਇੰਨਾ ਹੋ ਗਿਆ। ਅਸੀਂ ਕਾਫੀ ਜਿਵੇਂ ਆਲੂ ਪੈਕਿੰਗ ਕਰਕੇ ਲੈ ਜਾਂਦੇ ਹਾਂ ਜੀ, ਅਸੀਂ ਮੂਲੀ ਦੀ ਇੱਕ ਬੰਚ ਬਣਾ ਲੈਂਦੇ ਹਾਂ, ਪਾਲਕ ਦੇ ਬੰਚ ਨੇ, ਸ਼ਲਗਮ ਦੇ ਬੰਚ ਨੇ, ਚਿਕੰਦਰ ਦੇ ਬੰਚ, ਗੁੱਟੀਆਂ ਬੰਨ ਲੈਂਦੇ ਹਾਂ। ਉਸ ਹਿਸਾਬ ਨਾਲ ਸਾਨੂੰ ਗੁੱਟੀ ਗਿਣੀ ਹੁੰਦੀ ਹੈ 20 ਰੁਪਏ ਦੀ ਆ, 30 ਰੁਪਏ ਦੀ, ਫਿਰ ਉਸ ਹਿਸਾਬ ਨਾਲ ਉਹ ਕੈਲਕੂਲੇਸ਼ਨ ਕਰਕੇ ਅਤੇ ਪਰਿਵਾਰ ਮਤਲਬ ਸਾਨੂੰ ਆਪ ਹੀ, ਕਈ ਤਾਂ ਬੰਦੇ ਆਪ ਹੀ ਦੱਸ ਦਿੰਦੇ ਵੀ ਇੰਨੇ ਪੈਸੇ ਆਏ ਨੇ। ਪਾਣੀ ਦੀ ਕਿੰਨੀ ਕੁ ਇਹਦੇ 'ਚ ਲਾਗਤ ਆਉਂਦੀ ਹੈ ਕੁਦਰਤੀ? ਪਾਣੀ ਤਾਂ ਇਹ 'ਚ ਲੱਗਦਾ ਨਹੀਂ, ਪਾਣੀ ਤਾਂ ਮੇਰੀ ਖੇਤੀ ਨੂੰ ਜ਼ਹਿਰ ਆ ਜੀ, ਨਵੀਂ ਅੰਮ੍ਰਿਤਾ। ਅਸੀਂ ਆਪਣੇ ਖੇਤ ਦੇ ਵਿੱਚ ਜੋ ਪਾਣੀ ਲਾਉਂਦੇ ਹਾਂ, ਖਾਲੀ 'ਚ ਪਾਣੀ ਲਾਉਂਦੇ ਹਾਂ, ਆਹ ਬੈੱਡ ਆ ਉਹ ਖਾਲੀ ਆ, ਮਤਲਬ ਤਕਰੀਬਨ ਆਮ ਖੇਤੀ ਨਾਲੋਂ ਤੁਸੀਂ 20% ਅਸੀਂ ਮਤਲਬ ਪਾਣੀ ਲਾਉਂਦੇ ਹਾਂ, ਜੇ ਦੂਜੇ 100% ਲਾਉਣੇ ਅਸੀਂ 20% ਪਾਣੀ ਲਾਉਂਦੇ ਹਾਂ ਆਮ ਖੇਤੀ ਨਾਲੋਂ। ਇੱਕ ਵੱਟ 'ਤੇ ਕਿੰਨੇ ਤਰ੍ਹਾਂ ਦੀਆਂ ਸਬਜ਼ੀਆਂ ਲਾ ਲੈਂਦੇ ਹੋ? ਇੱਕ ਵੱਟ 'ਤੇ ਤਕਰੀਬਨ, ਇੱਕ ਵੱਟ ਦੇ ਨਾਲ ਇੱਕ ਬੈੱਡ ਹੁੰਦਾ, ਬੈੱਡ 'ਤੇ ਆ ਜਾਂਦੇ ਵੱਟ 'ਤੇ, ਕਿਉਂਕਿ ਜਿਵੇਂ ਨਾ ਮੈਂ ਅਸੀਂ ਇਹ ਦੇਖਿਆ ਜੀ, ਜਿਵੇਂ ਇੱਕ ਇਨਸਾਨ ਨੂੰ ਜਿਉਣ ਵਾਸਤੇ 5 ਤੱਤਾਂ ਦੀ ਲੋੜ ਆ, 5 ਤੱਤ, ਉਵੇਂ ਬਨਸਪਤੀ ਨੂੰ ਵੀ ਇਹੀ ਲਾਗੂ ਹੁੰਦਾ, ਉਹਨੂੰ ਵੀ ਸਪੇਸ, ਉਹਨੂੰ ਵੀ ਮਤਲਬ ਸਾਰੇ ਚੀਜ਼ਾਂ ਦਾ ਉਹਨੂੰ ਵੀ ਇੱਕ ਸਮੇਲ ਚਾਹੀਦਾ। ਸੋ ਅਸੀਂ ਬੈੱਡ ਦੇ ਨਾਲ ਜਿਵੇਂ ਮੂਲੀ ਲਾਤੀ, ਸ਼ਲਗਮ ਲਾਤੇ, ਗੋਭੀ ਲਾਤੀ, ਇੱਕ ਫਸਲ ਤਾਂ ਨੂੰ ਜਾਂਦੀ ਹੈ, ਇੱਕ ਠਾਂ ਨੂੰ ਜਾਂਦੀ ਆ, ਹੈ ਨਾ, ਫਸਲ ਦਾ ਆਪਣਾ ਆਪਣਾ ਸੁਭਾਅ ਹੁੰਦਾ ਉਹਦੇ ਮੁਤਾਬਕ। ਕਿੰਨੇ ਜੀ ਆ? ਅਸੀਂ 5 ਜੀ ਹਾਂ ਜੀ, ਮੈਂ, ਮੇਰੀ ਘਰ ਵਾਲੀ ਆ, ਇੱਕ ਮੇਰੀ ਨੂੰਹ ਆ, ਮੇਰਾ ਕਾਕਾ, 2 ਕਾਕੇ ਮੇਰੇ, ਇੱਕ ਨੂੰਹ ਆ ਮੇਰੀ, ਅਤੇ ਅਸੀਂ ਰਲ ਮਿਲ ਕੇ ਸਾਰਾ ਕੰਮ ਕਰਦੇ ਹਾਂ। ਅਤੇ ਹੁਣ ਜਿਵੇਂ ਅਸੀਂ ਦੇਖਿਆ ਸੀਗਾ ਕਿ ਤੁਹਾਡੇ ਸਾਰਾ ਟੱਬਰ ਹੀ ਇਹਨੂੰ ਲੱਗਾ ਹੋਇਆ। ਹਾਂਜੀ ਹਾਂਜੀ। ਅਤੇ ਹੋਰ ਬਾਹਰ ਬੂਰ ਜਾਣ ਦੀ ਨਹੀਂ ਸੋਚਦੇ? ਨਹੀਂ, ਸਾਡੇ ਕਾਕੇ ਦੇ, ਮੈਂ ਦੱਸਿਆ 7.5 ਬੈਂਡ ਆ ਗਏ ਸੀ ਇਹਦੇ, ਵੱਡੇ ਕਾਕੇ ਦੇ, ਅਤੇ ਇੱਕ GRE ਆਉਂਦੀ ਹੈ ਜੀ, ਗ੍ਰੈਜੂਏਸ਼ਨ ਰਿਕਾਰਡ ਇਗਜ਼ਾਮ, ਉਹਦੇ 'ਚ ਮੈਰਿਟ 'ਚ ਆ ਗਿਆ ਸੀਗਾ, ਅਤੇ ਉਹ ਪਤਾ ਨਹੀਂ ਸਬੱਬ ਨਹੀਂ ਬਣਿਆ ਜਾਂ ਕਿਵੇਂ ਆ, ਉਹ ਉਹਦਾ ਨਹੀਂ ਮੂੰਹ ਨੇ, ਅਤੇ ਸਾਨੂੰ ਅੱਜ ਅਸੀਂ ਬੜੇ ਸੈਟਿਸਫਾਈ ਹਾਂ ਵੀ ਜਿਹੜਾ ਕੱਲ੍ਹ ਆਉਣ ਵਾਲਾ ਸਮਾਨ ਰਿਹਾ ਉਹ ਚੰਗੇ ਫੂਡ ਦਾ ਆ ਰਿਹਾ, ਬਹੁਤ ਵੱਡਾ ਬਿਜ਼ਨਸ ਬਣਨ ਵਾਲਾ ਹੈ, ਅਸੀਂ ਉਹਦਾ ਤਿਆਰ ਹਾਂ। ਆਮ ਜਿਹੜੇ ਕਿਸਾਨ ਨੇ ਜਿਹੜੇ ਆਪਣੇ ਰਵਾਇਤੀਆਂ ਹੀ ਫਸਲਾਂ ਨੂੰ ਲੱਗੇ ਹੋਏ ਆ, ਦੋ ਹੀ ਤਰ੍ਹਾਂ ਫਸਲਾਂ ਮੇਨ ਨਿਰਭਰ ਨੇ, ਉਹਨਾਂ ਨੂੰ ਕੀ ਕਹੋਗੇ? ਮੈਂ ਉਹਨਾਂ ਨੂੰ ਇਹੀ ਕਹਿਣਾ ਵੀ ਇਹ ਫਸਲਾਂ ਦਾ ਭਵਿੱਖ ਨਹੀਂ ਗਾ, ਇਹ ਫਸਲਾਂ ਵੱਧ ਤੋਂ 5-4 ਸਾਲ ਜਾਣਗੀਆਂ। ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਗਲੋਬਲ ਟੈਂਪਰੇਚਰ ਵੱਧ ਰਿਹਾ, ਕਲਾਈਮੇਟ ਚੇਂਜ ਆ ਰਹੀ ਆ, ਖਰਚੇ ਵੱਧ ਜਾਣੇ ਫਸਲਾਂ 'ਤੇ, ਅਤੇ ਆਮਦਨ ਘੱਟ ਜਾਣੀ ਆ। ਸੋ ਮੈਂ ਉਹਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ, ਛੋਟੇ ਕਿਸਾਨਾਂ ਨੂੰ, ਸਾਰੇ ਕਿਸਾਨਾਂ ਨੂੰ, ਆਪਾਂ ਉਹ ਫਸਲ ਬੀਜੀਏ ਜਿਹੜੀ ਸਿਹਤ ਪੱਖੀ ਆ ਅਤੇ ਜਿਹੜੀ ਵਾਤਾਵਰਨ ਪੱਖੀ ਆ। ਮੈਂ ਤੁਹਾਨੂੰ ਦੱਸ ਕੇ ਖੁਸ਼ੀ ਲੈ ਰਿਹਾ ਕਿ 1-2 ਫਸਲਾਂ ਹੀ ਆ ਜਿਹੜੀ ਧਰਤੀ ਮਾਂ ਦੇ ਵਿੱਚੋਂ ਕੁਛ ਲੈ ਰਹੀਆਂ, ਨਹੀਂ ਉਲਟੀਆਂ ਧਰਤੀ 'ਚ ਫਿਕਸ ਕਰਦੀਆਂ, ਧਰਤੀ ਦੇ ਵਿੱਚ ਮੈਂ ਦੱਸ ਕੇ ਜ਼ਮੀਨ 'ਚ ਫਿਕਸ ਕਰਦੀਆਂ, ਅਸੀਂ ਸਾਨੂੰ ਭੁੱਲੇ ਬੈਠੇ ਹਾਂ ਅਸੀਂ, ਮਤਲਬ ਉਹ ਫਸਲਾਂ ਜਿਹੜੀਆਂ ਸਾਡੀਆਂ ਰਵਾਇਤੀ ਫਸਲਾਂ ਸੀਗੀਆਂ। ਤੁਸੀਂ ਕਿੰਨੀ ਕੁ ਅੱਗ ਲਾਉਂਦੇ ਹੋ? ਮੈਂ 7 ਸਾਲ ਹੋ ਗਏ ਜੀ, ਨਾ ਮੈਂ ਆਪਣੇ ਹੱਥ ਨਾਲ ਅੱਗ ਲਈ 7 ਸਾਲ ਹੋ ਗਏ ਜੀ, ਨਾ ਮੈਂ ਆਪਣੇ ਨਾਲ ਰੇਹ ਪਾਈ, ਨਾ ਕੋਈ ਸਪਰੇ, ਨਾ ਕਿਸੇ ਕਿਸਮ ਦਾ ਕੋਈ ਬਾਹਰਲਾ ਬਾਜ਼ਾਰ ਦਾ ਵੀ ਚੀਜ਼ ਅਸੀਂ ਘੱਟ ਵਰਤਦੇ ਹਾਂ, ਬਾਜ਼ਾਰ ਦੀ ਚੀਜ਼ ਸਾਰੀ ਆਪਣੇ ਖੇਤ 'ਚ ਬਣੀ ਚੀਜ਼ ਹੈਗਾ। ਅਤੇ 7 ਸਾਲ ਹੋ ਗਏ ਮੈਨੂੰ ਅੱਗ ਲਾਈ ਨੂੰ ਖੇਤ ਦੇ ਵਿੱਚ ਆਪਣੇ 'ਚ, ਅਤੇ ਮਤਲਬ ਤਕਰੀਬਨ ਰੇਹ ਸਪਰੇ ਤੋਂ ਬਿਨਾਂ ਸਭ ਹੋ ਰਿਹਾ।